ਬਰਕੋਟਕਪੁਰਾ ਤੋਂ ਜਿੱਥੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਉੱਥੇ ਕੰਮ ਕਰਨ ਵਾਲੀ ਇੱਕ ਸਮਾਜ ਸੇਵਿਕਾ ਦਾ ਹੈ ਜਿਸ ਨੇ ਆਪਣੀ ਹੱਦ ਬੀਤੀ ਇਸ ਦੇ ਵਿੱਚ ਬਿਆਨ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਛੁਗਿਆ ਛੁਪਰੀਆਂ ਦੇ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਨੇ ਪਰ ਇਸੇ ਵਿਚਕਾਰ ਉਹਨਾਂ ਨੇ ਮਦਦ ਦੇ ਲਈ ਤੇ ਹੋਰ ਲੋਕਾਂ ਨੂੰ ਇਸ ਵਹਿਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਪਰ ਕੁਸ਼ਰਤਿ ਅਨਸਰ ਇੱਕ ਨੌਜਵਾਨ ਦੇ ਵੱਲੋਂ ਉਹਨਾਂ ਦੇ ਇਸ ਨੰਬਰ ਦੇ ਉੱਤੇ ਉਹਨਾਂ ਦੇ ਨਾਲ ਬਸਲੂਕੀ ਕੀਤੀ ਗਈ ਕਿਸ ਤਰ੍ਹਾਂ ਦੀ ਪੱਦੀ ਸ਼ਬਦਾਵਲੀ ਉਸਤੇ ਵੱਲੋਂ ਵਰਤੀ ਗਈ ਜਿਸ ਦੀ ਵਜ੍ਹਾ ਕਰਕੇ ਉਨਾ ਨੂੰ ਮਜਬੂਰ ਹੋ ਕੇ ਫੇਸਬੁੱਕ ਤੇ ਉਤੇ ਆਪਣਾ ਇਹ ਦਰਜ ਬਿਆਨ ਕਰਨਾ ਪਿਆ ਜਿਸ ਤੋਂ ਬਾਅਦ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚੀ ਹੈ ਲੋਕਾਂ ਨੇ ਵੀ ਇਸ ਕੁੜੀ ਦਾ ਸਾਥ ਦਿੱਤਾ ਹੈ ਤੇ ਜੋ ਵੀ ਮਲਜ਼ਮਾਂ 'ਤੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਵੀ ਹੁਣ ਮਲਜ਼ਮ ਦੀ ਭਾਰ ਦੇ ਵਿੱਚ ਜੁਟ ਗਈ ਹੈ हमारी एन जो चल रही है हेल्प टू वेलफेयर सोसाइटी कोटकपुरा में चल रही है यहाँ पर मैं बच्चों को फ्री एजुकेशन प्रोवाइड कर रही हूँ मेरा मेन मतलब है ये है कि बच्चों को आ, आ, अपने पैरों पर खड़े हो और कुछ बन जाए क्यों क्योंकि ये कल का फ्यूचर है हमारे और मैंने क्या किया था जो मैंने वीडियो अपलोड की थी वो जो वायरल हुई है कोई लड़का था मैंने पेज पर अपलोड किया था नंबर नंबर मैंने इसीलिए अपलोड किया था कि कोई भी पर्सन सेवा कर सकता है यहाँ पर आके सेवा कर सकता है पर उस लड़के ने मुझे परेशान किया बार बार कॉल कर कर और ਅਬਿਊਜ਼ਿੰਗ ਲੈਂਗੁਏਜ ਯੂਜ਼ ਕੀ ਮੇਰੇ ਸਾਥ ਮੰਤਵੇ ਮੰਤਵ ਉਹਨਾਂ ਦੀ ਸੋਚ ਮਾੜੀ ਸੋਚ ਉਹਨਾਂ ਨੇ ਨੰਬਰ ਆਪ ਦਾ WhatsApp ਤੇ ਜਾਂ ਸੋਸਾਇਟੀ ਦਾ ਨੰਬਰ ਸ਼ੋਅ ਕੀਤਾ ਬਈ ਬੇਸਹਾਰੇ ਜਿਹੜੇ ਬੱਚੇ ਆ ਉਹ ਸਾਨੂੰ ਕੰਟੈਕਟ ਕਰਨ ਪੜਨ ਪਰ ਉਹ ਨੰਬਰ ਨੂੰ ਵੇਖੋ ਅੱਜ ਕੱਲ ਦੀ ਜਿਹੜੀ ਆਪਾਂ ਮਟੀਰ ਕਹਿ ਦਈਏ ਜਾਂ ਵੀ ਇੰਨਾ ਕੋ ਗਿਰਗੀ ਸੋਚ ਨਸ਼ੇ 'ਚ ਇਹਨੇ ਫੈਲ ਗਏ ਕਿਸੇ ਦਾ ਵੀ ਨੰਬਰ ਮਿਲਦਾ ਧੀ ਭੈਣ ਦਾ ਗਲਤ ਯੂਜ਼ ਕਰਨ ਲੱਗ ਜਾਂਦੇ ਸਾਡੀ ਬੇਨਤੀ ਇਹੋਈ ਇੱਕ ਇਨਸਾਫ ਦਿੱਤਾ ਜਾਵੇ ਇਹਨਾਂ ਦਾ ਇਨਾਂ ਦੇ ਨਾਲ ਆਪਾਂ ਸਾਰਿਆਂ ਨੇ ਸਾਥ ਦੇਣਾ ਕਿ ਜੋ ਕਿ ਗਰੀਬ ਬੱਚਿਆਂ ਨੂੰ ਵਿੱਦਿਆ ਮਿਲ ਜਾਏ ਤੇ ਇਹ ਪੜਨ ਜੋਗੇ ਹੋ ਜਾਣ ਆਪਾਂ ਲਿਖਤ ਪੜਨ ਕਰਨ ਜੋਗੇ ਹੋ ਜਾਣ ਤੇ ਆਪਾਂ ਨੂੰ ਸਤਿਕਾਰ ਮਿਲੇ ਇਸ ਲੜਕੀ ਨੂੰ